ਬੇਟਾ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਆਪਣਾ ਕੁਐਸਚਨ ਨੰਬਰ 4 ਤਾਂ ਕੁਐਸਚਨ ਨੰਬਰ 4 ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦਾ ਜਿਹੜੀ ਉਹ ਸਮਝਾਉਣਾ ਚਾਹੂੰਗੀ ਜਿਵੇਂ ਕਿ ਬੇਟੇ ਤੁਹਾਨੂੰ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਜਦੋਂ ਵੀ ਤੁਹਾਨੂੰ ਦੱਸਦੇ ਸੀ ਤੁਹਾਨੂੰ ਇਹ ਗੱਲ ਅਸੀਂ ਰੱਟਾ ਹੀ ਲਾਉਂਦੇ ਸੀ ਜਾਂ ਤੁਸੀਂ ਰੱਟਾ ਲਾ ਲੈਂਦੇ ਸੀ ਅਸੀਂ ਤਾਂ ਤੁਹਾਨੂੰ ਕਨਸੈਪਟ ਕਲੀਅਰ ਕਰਦੇ ਸੀ ਹਰੇਕ ਚੀਜ਼ ਦਾ ਕਿ ਜਿਹੜੀ ਟ੍ਰੈਂਗਲ ਆ ਉਹਦੇ ਤਿੰਨ ਕੋਣ ਜਿਹੜੇ ਹੁੰਦੇ ਆ ਉਹਨਾਂ ਦਾ ਜੋੜ ਕਿੰਨਾ ਹੁੰਦਾ ਜਾਂ ਇੱਕ ਕੋਆਰਡੀਨੇਟਰ ਮਤਲਬ ਕਿ ਜਿਹੜੀ ਚਤੁਰਭੁਜ ਹੁੰਦੀ ਆ ਉਹਦੇ ਚਾਰ ਕੋਣਾਂ ਦਾ ਜੋੜ ਕਿੰਨਾ ਹੁੰਦਾ ਠੀਕ ਹੈ ਤਾਂ ਉਹ ਆਪਾਂ ਤੁਹਾਨੂੰ ਇਹ ਦੱਸ ਦਈਦਾ ਸੀਗਾ ਵੀ ਟ੍ਰੈਂਗਲ ਦੇ ਤਿੰਨ ਕੋਣ ਆ ਜਿਹੜਾ ਉਹਨਾਂ ਦਾ ਹਮੇਸ਼ਾ ਹੀ ਜੋੜ 180 ਹੁੰਦਾ ਅਤੇ ਜਿਹੜੀ ਚਤੁਰਭੁਜ ਆ ਉਹਦੀਆਂ ਜਿਹੜੇ ਚਾਰ ਕੋਣਾਂ ਦਾ ਜੋੜ ਆ ਉਹ ਕਿੰਨਾ ਹੁੰਦਾ 360 ਡਿਗਰੀ ਠੀਕ ਹੈ ਪਰ ਹੁਣ ਜਦੋਂ ਕਿ ਅਸੀਂ ਬਹੁਭੁਜਾਂ ਦੀ ਗੱਲ ਕਰਨ ਲੱਗ ਗਏ ਤਾਂ ਬਹੁਭੁਜ ਦੇ ਵਿੱਚ ਜਿਹੜੀਆਂ ਭੁਜਾਵਾਂ ਤਿੰਨ ਤੋਂ ਵੱਧ ਜਿਵੇਂ ਚਾਰ ਤੱਕ ਤੁਸੀਂ ਕਰਦੇ ਆ ਜਾਂ ਪੰਜ ਵੀ ਹੁੰਦੀਆਂ 6 7 8 9 10 ਸੋ ਔਨ ਐਨ ਐਨ ਦਾ ਮਤਲਬ ਜਿੰਨੀਆਂ ਮਰਜ਼ੀ ਭੁਜਾਵਾਂ ਜਿਹੜੀਆਂ ਉਹ ਹੋ ਸਕਦੀਆਂ ਤਾਂ ਹੁਣ ਜੇ ਸਾਡੇ ਤੋਂ ਮੰਨ ਲਓ ਇਹ ਪੁੱਛਿਆ ਜਾਵੇ ਕਿ 7 ਭੁਜਾਵਾਂ ਵਾਲੀ ਜਿਹੜੀ ਪੋਲੀਗਨ ਆ ਜਾਂ ਬਹੁਭੁਜ ਆ ਉਹਦੇ ਕੋਣਾਂ ਦਾ ਜੋੜ ਕਿੰਨਾ ਹੋ 8 ਭੁਜਾਵਾਂ ਵਾਲੀ ਬਹੁਭੁਜ ਦੇ ਕੋਣਾਂ ਦਾ ਜੋੜ ਕਿੰਨਾ ਹੋ 10 ਭੁਜਾਵਾਂ ਵਾਲੀ ਬਹੁਭੁਜ ਦੇ ਕੋਣਾਂ ਦਾ ਜੋੜ ਕਿੰਨਾ ਹੋ ਜਾਂ ਐਨ ਭੁਜਾਵਾਂ ਵਾਲੀ ਬਹੁਭੁਜ ਆ ਉਹਦੇ ਕੋਣਾਂ ਦਾ ਜੋੜ ਕਿੰਨਾ ਹੋਊਗਾ ਤਾਂ ਇਹ ਅਸੀਂ ਕਿਵੇਂ ਪਤਾ ਕਰਨਾ ਤਾਂ ਇਹ ਪਤਾ ਕਰਨ ਦਾ ਇੱਕ ਬਹੁਤ ਹੀ ਸੌਖਾ ਤਰੀਕਾ ਕਿਉਂਕਿ 3 ਭੁਜਾਵਾਂ ਵਾਲੇ ਨੂੰ ਤੁਸੀਂ ਰੱਟਾ ਲਾ ਲਓਗੇ 4 ਵਾਲੇ ਨੂੰ ਰੱਟਾ ਲਾ ਲਓਗੇ ਤਾਂ ਹੁਣ ਜਦੋਂ ਆ ਗਈ ਗੱਲ 5 ਭੁਜਾਵਾਂ ਦੀ ਤਾਂ ਜਾਂ 6 ਦੀ 7 ਦੀ 8 ਦੀ ਤਾਂ ਉਦੋਂ ਬੇਟੇ ਸਾਡਾ ਤਰੀਕਾ ਕੀ ਆ ਜਿੰਨੀਆਂ ਸਾਨੂੰ ਕਿਸੇ ਵੀ ਫਿਗਰ ਦੀਆਂ ਭੁਜਾਵਾਂ ਦੀ ਗਿਣਤੀ ਦਿੱਤੀ ਹੈ ਜਿਵੇਂ ਕਿ ਸਾਡਾ ਪਹਿਲਾ ਪਾਰਟ ਕੀ ਆ 7 ਭੁਜਾਵਾਂ ਤਾਂ ਅਸੀਂ ਕੀ ਕਰਨਾ 7 ਦੇ ਵਿੱਚੋਂ 2 ਮਾਈਨਸ ਕਰ ਦੇਣੇ ਆ ਅਤੇ ਉਹਨੂੰ ਅਸੀਂ ਗੁਣਾ ਕਾਹਦੇ ਨਾਲ ਕਰ ਦੇਣਾ 180 ਦੇ ਨਾਲ ਠੀਕ ਆ 7 ਵਿੱਚੋਂ ਅਸੀਂ ਜਦੋਂ 2 ਮਾਈਨਸ ਕੀਤੇ ਆ ਗਏ 5 ਨੂੰ ਜਦੋਂ ਅਸੀਂ 180 ਨਾਲ ਗੁਣਾ ਕਰਾਂਗੇ ਤਾਂ ਆ ਜਾਊਗਾ 900 ਇਹਦਾ ਮਤਲਬ 7 ਭੁਜਾਵਾਂ ਵਾਲੀ ਜਿਹੜੀ ਫਿਗਰ ਹੁੰਦੀ ਆ ਉਹਦੇ ਕੋਣਾਂ ਦਾ ਜੋੜ ਕਿੰਨਾ ਹੋਊਗਾ 900 ਹੁਣ ਗੱਲ ਕਰਦੇ ਹਾਂ ਬੀ ਪਾਰਟ ਦੀ ਹੁਣ ਆ ਗਈਆਂ ਭੁਜਾਵਾਂ 8 ਤਾਂ 8 ਦੇ ਵਿੱਚੋਂ ਅਸੀਂ ਕਿੰਨੇ ਮਾਈਨਸ ਕਰਨੇ ਆ 2 ਗੁਣਾ ਕਿੰਨੇ ਨਾਲ ਕਰ ਦੇਣੀ ਆ 180 ਦੇ ਨਾਲ ਤਾਂ 8 ਵਿੱਚੋਂ ਜਦੋਂ ਅਸੀਂ 2 ਮਾਈਨਸ ਕੀਤੇ ਆ ਗਿਆ 6 ਅਤੇ ਉਹਨੂੰ ਜਦੋਂ ਆਪਾਂ 180 ਨਾਲ ਗੁਣਾ ਕਰਾਂਗੇ ਤਾਂ ਦੇਖੋ 1080 ਆ ਗਿਆ ਠੀਕ ਹੈ ਹੁਣ ਆ ਗਿਆ ਆਪਣਾ ਸੀ ਪਾਰਟ ਸੀ ਪਾਰਟ ਦੇ ਵਿੱਚ ਸਾਨੂੰ ਭੁਜਾਵਾਂ ਦੀ ਗਿਣਤੀ ਕਿੰਨੀ ਦਿੱਤੀ ਗਈ ਬੇਟਾ 10 ਤਾਂ ਅਸੀਂ ਕੀ ਕਰਾਂਗੇ ਫਿਰ 10 ਦੇ ਵਿੱਚੋਂ ਕੀ ਮਾਈਨਸ ਕੀਤਾ 2 ਅਤੇ ਉਹਨੂੰ ਗੁਣਾ ਕਾਹਦੇ ਨਾਲ ਕਰਤੀ 180 ਤਾਂ 10 ਚੋਂ ਜਦੋਂ 2 ਘਟਾਵਾਂਗੇ ਆ ਜਾਊਗਾ 8 ਤਾਂ ਫਿਰ ਆਪਾਂ ਇਹਨੂੰ ਜਦੋਂ ਗੁਣਾ ਕਰਾਂਗੇ ਤਾਂ ਸਾਡਾ ਕਿੰਨਾ ਆ ਜਾਊਗਾ 1440 ਉਹਦੇ ਵਿੱਚ ਸਾਨੂੰ ਐਨ ਭੁਜਾਵਾਂ ਦੀ ਡੀ ਪਾਰਟ ਦੇ ਵਿੱਚ ਭੁਜਾਵਾਂ ਕਿੰਨੀਆਂ ਐਨ ਐਨ ਦਾ ਮਤਲਬ ਕਿ ਜਿੰਨੀਆਂ ਮਰਜ਼ੀ 10 ਤੋਂ ਬਾਅਦ 11 12 13 ਸੋਣ ਤਾਂ ਫਾਰਮੂਲਾ ਸਾਡਾ ਉਹ ਵੀ ਐਨ ਮਾਈਨਸ 2 ਗੁਣਾ 180 ਤਾਂ ਇਹ ਇੱਕ ਫਾਰਮੂਲਾ ਜਿੰਨੀਆਂ ਭੁਜਾਵਾਂ ਦੀ ਤੁਹਾਨੂੰ ਭੁਜਾਵਾਂ ਵਾਲੀ ਫਿਗਰ ਦੀ ਤੁਹਾਨੂੰ ਕੋਣਾਂ ਦਾ ਜੋੜ ਪੁੱਛਿਆ ਹੋਵੇ ਤੁਸੀਂ ਕੀ ਕਰਨਾ ਉਹਦੇ ਵਿੱਚੋਂ 2 ਜਿੰਨੀਆਂ ਵੀ ਭੁਜਾਵਾਂ ਉਹਦੇ ਵਿੱਚੋਂ 2 ਮਾਈਨਸ ਕਰ ਦੇਣਾ ਅਤੇ ਉਹਨੂੰ 180 ਦੇ ਨਾਲ ਗੁਣਾ ਕਰ ਦੇਣਾ ਤਾਂ ਸਾਡੇ ਕੋਲ ਕੀ ਆ ਜਾਊਗਾ ਉਹਨਾਂ ਉਹਨਾਂ ਦਾ ਕੋਣਾਂ ਦਾ ਜੋੜ ਆ ਜਿਹੜਾ ਉਹ ਹੋਊਗਾ ਕਿਉਂਕਿ ਹੁਣ ਆਪਾਂ ਗੱਲ ਕਰਦੇ ਪਏ ਹਾਂ ਕੋਣਾਂ ਦੇ ਜੋੜ ਦੀ ਤਾਂ ਜੇ ਜੋੜ ਆ ਤਾਂ ਇਹਦਾ ਮਤਲਬ ਜਿਹੜਾ ਕੋਣ ਆ ਉਹ ਡਿਗਰੀ ਦੇ ਵਿੱਚ ਹੁੰਦੇ ਆ ਤਾਂ ਆਪਾਂ ਇੱਥੇ ਭੁੱਲਣਾ ਨਹੀਂ ਅਸੀਂ ਸਾਰੇ ਕਿਤੇ ਡਿਗਰੀ ਆ ਜਿਹੜਾ ਉਹ ਜ਼ਰੂਰ ਪਾਉਣਾ ਨਹੀਂ ਤਾਂ ਸਾਡਾ ਜਿਹੜਾ ਅੱਧਾ ਨੰਬਰ ਆ ਇਸ ਚੀਜ਼ ਦਾ ਕੱਟਿਆ ਜਾਊਗਾ ਕਿਉਂਕਿ ਜਦੋਂ ਵੀ ਐਂਗਲਸ ਦੀ ਗੱਲ ਹੁੰਦੀ ਆ ਉਦੋਂ ਡਿਗਰੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਤਾਂ ਇਹ ਮੈਨੂੰ ਲੱਗਦਾ ਹੁਣ ਤੁਹਾਨੂੰ ਕੁਐਸਚਨ ਨੰਬਰ 4 ਆ ਉਹ ਸਮਝ ਆ ਗਿਆ ਉਹ ਤਾਂ ਜਿਵੇਂ ਹੁਣ ਮੰਨ ਲਓ ਆਪਾਂ ਇੱਕ ਸਿੰਪਲ ਜਿਹਾ ਸਵਾਲ ਕਰਕੇ ਵੇਖੀਏ ਵੀ ਜੇ ਤੁਹਾਨੂੰ ਪੈਂਟਾਗਨ ਜਾਂ 5 ਭੁਜ ਦੇ ਕੋਣਾਂ ਦਾ ਜੋੜ ਪੁੱਛਿਆ ਜਾਵੇ ਕਿੰਨਾ ਹੁੰਦਾ ਤਾਂ ਆਪਾਂ ਕੀ ਕਰਨਾ ਭੁਜਾਵਾਂ ਕਿੰਨੀਆਂ 5 ਵਿੱਚੋਂ ਅਸੀਂ 2 ਮਾਈਨਸ ਕਰਕੇ ਵੇਖ ਲੈਣੇ ਆ ਉਹਨੂੰ ਗੁਣਾ ਕਰ ਦੇਣਾ 180 ਤਾਂ ਇਹ ਆ ਗਿਆ 3 ਜਦੋਂ ਅਸੀਂ ਗੁਣਾ ਕਰਾਂਗੇ ਤਾਂ 504 ਇਹਦਾ ਮਤਲਬ ਪੈਂਟਾਗਨ ਦੇ
ਗੁਣਾ ਦਾ ਜੋੜ ਆ ਜਾਂ ਪੰਚਭੁਜ ਦੇ ਕੋਣਾਂ ਦਾ ਜੋੜ ਕਿੰਨਾ ਹੋਊਗਾ 540 ਡਿਗਰੀ ਤਾਂ ਇਸ ਤਰ੍ਹਾਂ ਤੁਸੀਂ ਜਿੰਨੀਆਂ ਮਰਜ਼ੀ ਭੁਜਾਵਾਂ ਵਾਲੀ ਫਿਗਰ ਦੇ ਕੋਣਾਂ ਦਾ ਜੋੜ ਆ ਜਿਹੜਾ ਉਹ ਪਤਾ ਕਰ ਸਕਦੇ ਹੋ ਠੀਕ ਹੈ ਥੈਂਕ ਯੂ